ਬਜਟ ਨੂੰ ਲੈ ਕੇ ਇੱਕ ਪਾਸੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਜੀ ਆਪਾਂ ਗੱਲ ਕਰੀਏ ਪੰਜਾਬ ਚ ਪੰਜਾਬ ਚ ਵੀ ਕਾਫੀ ਵਿਰੋਧ ਹੋਇਆ ਜਿਹੜੇ ਵੀ ਵੱਡੇ ਵਪਾਰੀ ਨੇ ਉਹਨਾਂ ਵੱਲੋਂ ਵੀ ਕਾਫੀ ਨਰਾਜ਼ਗੀ ਜਿਹੜੀ ਹੈ ਉਹ ਜਤਾਈ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੁਝ ਨਹੀਂ ਦਿੱਤਾ ਗਿਆ ਚਾਹੇ ਉਹ ਵੱਡਾ ਬਿਜ਼ਨਸ ਹੋਵੇ ਚਾਹੇ ਉਹ ਛੋਟਾ ਹੋ ਚਾਹੇ ਐਮ ਐਸ ਐਮ ਐ ਦੀ ਅਸੀਂ ਗੱਲ ਕਰ ਲਈਏ ਚਾਹੇ ਉਹ ਐਜੂਕੇਸ਼ਨ ਦੀ ਗੱਲ ਕਰ ਲਈਏ ਲੇਕਿਨ ਦੂਜੇ ਪਾਸੇ ਕਈ ਜਿਹੜੇ ਐਕਸਪਰਟਸ ਨੇ ਉਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਐਗਰੀਕਲਚਰ ਵਾਸਤੇ ਕਾਫੀ ਮੁਦਰਾ ਲੋਨ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਕ੍ਰੈਡਿਟ ਕਾਰਡ ਦੀ ਜਿਹੜ ਸਾਡੇ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਮਹਿਲਾਵਾਂ ਦੀ ਅਸੀਂ ਗੱਲ ਕਰ ਲਈਏ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗਾ ਇਹਦੇ ਵਿੱਚ ਗੱਲ ਕੀਤੀ ਗਈ ਹੈ ਮੈਮ ਕਿਉਂਕਿ ਬਜਟ ਨੂੰ ਲੈ ਕੇ ਇੱਕ ਪਾਸੇ ਤਾਂ ਨਰਾਜ਼ਗੀ ਹੈਗੀ ਹੈ ਦੂਜੇ ਪਾਸੇ ਅਪਰੀਸ਼ੀਏਟ ਵੀ ਕੀਤਾ ਜਾ ਰਿਹਾ ਹੈ ਕਿ ਕਾਫੀ ਚੀਜ਼ਾਂ ਜਿਹੜੀ ਹੈਗੀ ਉਹ ਕਾਫੀ ਸੰਤੁਸ਼ਟ ਨੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਦੀ ਅਸੀਂ ਗੱਲ ਕਰ ਲਈ ਖਾਸ ਤੌਰ ਤੇ ਮਹਿਲਾਵਾਂ ਦੀ ਅਸੀਂ ਗੱਲ ਕਰਦੇ ਹੋ ਦੇਖੋ ਇਹਦਾ ਹੈ ਕਿ ਜਦੋਂ ਕੱਲ ਬਜਟ ਪੇਸ਼ ਹੋਇਆ ਹੈ ਆ ਅਸੀਂ ਬੱਸ ਇਹ ਚੀਜ਼ ਦੀ ਵੇਟ ਕਰਦੇ ਰਹੇ ਕਿ ਸ਼ਾਇਦ ਸਾਨੂੰ ਵੀ ਬਹੁਤ ਖੁਸ਼ੀ ਹੋਏਗੀ ਕਿ ਬਜਟ ਜਿਹੜਾ ਵਧੀਆ ਆਏਗਾ ਬਿਕੋਜ਼ ਗਵਰਨਮੈਂਟ ਨੇ ਪਹਿਲਾਂ ਡਿਕਲੇਅਰ ਕਰਤਾ ਸੀ ਕਿ ਇਟ ਇਜ਼ ਗੋਇੰਗ ਟੂ ਬੀ ਅ ਜੈਂਡਰ ਬੇਸ ਬਜਟ ਫॉर द ਔਮਨ ਏਮਪਾਵਰਮੈਂਟ ਫॉर द ਔਮਨ ਭਗਰ ਮੈਨੂੰ ਜਦੋਂ ਸਾਰਾ ਖਤਮ ਹੋਇਆ ਤੇ ਮੈਨੂੰ ਇਹ ਕੁਝ ਨਜ਼ਰ ਨਹੀਂ ਆਇਆ ਕਿ ਜਿਹੜੇ ਟर्म ਯੂਜ਼ ਕਰ ਰਹੇ ਨੇ ਕਿ ਇਸ ਜੈਂਡਰ ਬੇਸਡ ਐਂਡ ਫॉर ਟੂ ਫॉर ਏਮਪਲੋਇਮੈਂਟ ਆਫ ਦਾ ਏਮਪਾਵਰਮੈਂਟ ਆਫ ਦਾ ਔਮਨ ਉਹਦੇ ਚ ਕੀ ਮਿਲਿਆ ਕਿਉਂਕਿ ਜੈਂਡਰ ਬੇਸ ਬਜਟ ਹੈ 2005 2006 ਤੋਂ ਸ਼ੁਰੂ ਹੋਇਆ ਹੋਇ ਰਾਈਟ ਹੁਣ ਉਹ ਡੈਫੀਨਿਟਲੀ ਉਹਨਾਂ ਨੇ ਵਧਾਇਆ ਆ ਕਿ ਅਸੀਂ 3 ਲੱਖ ਕਰੋੜ ਰੁਪਏ ਦਾ ਸੀ ਬਜਟ ਪਾ ਰਹੇ ਹਾਂ ਲੇਕਿਨ ਉਹਦੀ ਕੈਟਾਗਰਾਈਜੇਸ਼ਨ ਕੀ ਹੈ ਉਹਦੇ ਤੋਂ ਹਲੇ ਸਾਨੂੰ ਨੋਟਿੰਗ ਕੁਝ ਨਹੀਂ ਪਤਾ ਚੱਲਿਆ ਉਸ ਚੀਜ਼ ਦੇ ਅੰਦਰ ਉਹ ਜਿਹੜੀ ਬਜਟ ਦੀ ਜਿਹੜੀ ਗੱਲ ਕਰ ਰਹੇ ਨੇ ਕਿ ਅਸੀਂ ਸਟੂਡੈਂਟ ਲਈ ਇਹਦੇ ਲਈ ਸਟੂਡੈਂਟ ਲਈ ਵੀ ਕੀ ਕੀਤਾ ਕਿ ਅਸੀਂ ਤੁਹਾਨੂੰ ਅਸੀਂ ਇੱਕ ਇੱਕ ਕਰੋੜ ਦਾ ਦਵਾਂਗੇ 3% ਦੇ ਉੱਤੇ ਤੁਹਾਨੂੰ ਲੋਨ ਦਵਾਂਗੇ ਵਾਈ ਤੁਹਾਨੂੰ ਐਜੂਕੇਸ਼ਨ ਰਾਈਟ ਟੂ ਐਜੂਕੇਸ਼ਨ ਸਾਰਿਆਂ ਦਾ ਹੈ ਤੇ ਗਵਰਨਮੈਂਟ ਕਹੇ ਨਾ ਜਾਂ ਤਾਂ ਗਵਰਨਮੈਂਟ ਕਹੇ ਕਿ ਅਸੀਂ ਇਨਕੇਪेबल ਆਫ ਗਿਵਿੰਗ them a good education ਆਪਣਾ ਪੈਸੇ ਲੋ ਲੋਨ ਲੋ ਤਾਂ ਜਾ ਕੇ ਪੜ ਲਓ ਤੇ ਜੋ ਪੜਨਾ ਹੈ ਠੀਕ ਹੈ ਠੀਕ ਹੈ ਐਂਡ ਸੈਕੰਡਲੀ ਜਿਹੜਾ ਆਂਦਾ ਹੈ ਕਿ ਅਸੀਂ ਵਿਮਨ ਦੇ ਲਈ ਹੌਸਟਲਸ ਬੱਚਿਆਂ ਦੇ ਲਈ ਕ੍ਰਸ਼ਸ ਬਣਾਵਾਂਗੇ ਨਾ ਚੀਜ਼ਾਂ ਦੇ ਲਈ ਵਰਕਿੰਗ ਵਿਮਨ ਦੇ ਲਈ ਵੇਅਰ ਆਰ ਦਾ ਵਿਮਨ ਵਰਕਿੰਗ ਵੇਅਰ ਇਜ਼ ਦਾ ਵਰਕ ਵੇਅਰ ਇਜ਼ ਦਾ ਏਮਪਲੋਇਮੈਂਟ ਠੀਕ ਹੈ ਔਰ ਤੁਸੀਂ ਇਹ ਜਿਹੜੀ ਵਰਕਿੰਗ ਹੌਸਟਲ ਦੀ ਗੱਲ ਵੀ ਕਰ ਰਹੇ ਹੋ ਇਹ ਕਿੱਥੇ ਬਣਨੀਆਂ ਨੇ ਕਦੋਂ ਬਣਨੀਆਂ ਨੇ ਜਦੋਂ ਤੱਕ ਤੁਹਾਡੀਆਂ ਫਾਈਲਾਂ ਪਾਸ ਹੋਣੀਆਂ ਨੇ ਕਰਨੀਆਂ ਨੇ ਕਿ ਅਸੀਂ ਬਣਾ ਲਤਾ ਇਹ ਇੰਪਲੀਮੈਂਟੇਸ਼ਨ ਹੋ ਜਾਏਗੀ ਉਦੋਂ ਇੱਕ ਸਾਲ ਹੋਰ ਨਿਕਲ ਗਿਆ ਬਜਟ ਦੁਬਾਰਾ ਪੇਸ਼ ਹੋ ਜਾਏਗਾ ਫਿਰ ਤੁਸੀਂ ਕੈਰਟ ਫੇਰ ਦਿਖਾਉਂਗੇ ਕਿ ਆ ਹੋ ਰਿਹਾ ਹੈ ਲੇਕਿਨ ਜਿਹੜਾ ਪ੍ਰੈਜ਼ੈਂਟਲੀ ਹੈ ਸਾਡਾ ਸਿਚੁਏਸ਼ਨ ਉਸ ਚ ਸੇ ਹੈਲਪ ਕਰੋ ਕਿ ਕੀ ਹੋ ਸਕਦਾ ਇਹਦੇ ਅੰਦਰ ਰਾਈਟ ਹੁਣ ਉਹ ਕਹਿੰਦੇ ਸੀ ਕਿ ਜਿਹੜੀ ਵਿਮਨ ਦੇ ਲਈ ਅਸੀਂ ਹੈਲਪ ਕਰ ਰਹੇ ਹਾਂ ਲੋਨ ਦੇ ਲਈ ਫਾਰ ਕਾਟੇਜ ਇੰਡਸਟਰੀ ਫਾਰ ਉਹਨਾਂ ਨੇ ਲੋਨ ਦੀ ਕੈਟੇਗਰੀਜ਼ੇਸ਼ਨ ਕੀਤੀ ਹੈ ਮੈਨੂੰ ਇਹ ਗੱਲ ਦੱਸੋ ਤੁਸੀਂ ਕਿੱਥੇ ਲੋਨ ਕਿੰਨਿਆਂ ਨੂੰ ਮਿਲ ਰਿਹਾ ਲੋਨ ਜਿਹੜੇ ਪ੍ਰੀਵਿਅਸ 10 ਇਅਰਸ ਨਿਕਲ ਗਏ ਨੇ ਕੀ ਹੋਇਆ ਉਹਨਾਂ ਦਾ ਕੋਈ ਡਾਟਾ ਹੈ ਕੋਈ ਡਾਟਾ ਪੇਸ਼ ਕਰ ਸਕਦੇ ਹੋ ਕਿ ਦੇਖੋ ਜੀ ਅਸੀਂ ਪਹਿਲਾਂ ਪ੍ਰੋਮਿਸ ਕੀਤਾ ਸੀ ਕਿ 2 ਕਰੋੜ ਜਿਹੜੀਆਂ এমਪਲੋਇਮੈਂਟ ਦਵਾਂਗੇ ਹਰ ਸਾਲ ਅੱਡ 10 ਸਾਲ ਨਿਕਲ ਗਏ ਨੇ 20000 ਕਰੋੜ এমਪਲੋਇਮੈਂਟ ਦਿਖਾਓ ਕਿੱਥੇ ਨੇ ਜੇ ਤੁਹਾਡੀ ਉਹੀ ਦੀ ਪੂਰੀਆਂ ਹੋ ਸਕੀਆਂ ਹੁਣ ਤੁਸੀਂ ਅੱਗੇ ਫੇਰ ਚੱਲ ਗਏ ਅਸੀਂ ਐਨਾ ਇਹ ਕਰਾਂਗੇ ਹੁਣ 4 ਕਰੋੜ ਕਰਾਂਗੇ ਅਸੀਂ ਸੋ ਇਹ ਜਿਹੜੀ ਚੀਜ਼ਾਂ ਨੇ ਇਹ ਪੇਪਰ ਦੇ ਉੱਤੇ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਹੋਰ ਕੁਝ ਨਹੀਂ ਅਨ ਮੋਰਓਵਰ ਉਹਨਾਂ ਨੇ ਕੀ ਕੀਤਾ ਜਿਹੜੀਆਂ ਕਿ ਅੱਜ ਕੱਲ ਵੂਮਨ ਜਿਹੜੇ ਨੇ ਉਹ ਪ੍ਰਾਪਰਟੀ 'ਚ ਵੀ ਬਹੁਤ ਡੀਲ ਕਰਦੀਆਂ ਨੇ ਮੈਂ ਕੱਲ ਕਿਸੇ ਨਾਲ ਗੱਲ ਕਰ ਰਹੀ ਸੀ ਇਹਦੇ ਬਾਰੇ ਉਹ ਕਹਿੰਦੀ ਕਿ ਸਾਨੂੰ ਤਾਂ ਕੁਝ ਮਿਲਿਆ ਹੀ ਨਹੀਂ ਜੀ ਪ੍ਰਾਪਰਟੀ ਤਾਂ ਦੇਖੋ ਕੀ ਕੀਤਾ ਇਹਨਾਂ ਨੇ ਇੰਡੈਕਸੇਸ਼ਨ ਕਰ ਦਿੱਤੀ ਉਹਦੇ ਅੰਦਰ ਕਿੱਦਾਂ ਇੰਡੈਕਸ ਕਰ ਲਿਆ ਨਾ ਪਹਿਲਾਂ ਜੇ ਪ੍ਰਾਪਰਟੀ ਮੈਂ ਅੱਜ ਤੋਂ 10 ਸਾਲ ਪਹਿਲਾਂ 50 ਲੱਖ ਦੀ ਕੋਈ ਖਰੀਦੀ ਸੀ ਅੱਜ ਉਹ 1.5 ਕਰੋੜ ਦੀ ਹੋ ਗਈ ਹੈ ਮੈਂ ਉਹਨੂੰ ਅੱਜ ਵੇਚ ਰਹੀ ਹਾਂ ਹੁਣ ਪਹਿਲਾਂ ਹੁੰਦਾ ਸੀਗਾ ਕਿ ਜੇ ਉਹਦੀ ਪ੍ਰਾਪਰਟੀ ਦੀ ਕੀਮਤ ਅਗਰ ਅੱਜ ਲਗਾਣਿਆਂ ਉਹ 1 ਕਰੋੜ 32 ਲੱਖ ਜਾਂ ਐਨੀ ਉਹਦੀ ਬਣ ਜਾਂਦੀ ਹੈ ਟ ਜਿਹੜਾ ਕੈਪੀਟਲ ਗੇਨ ਹੋਏਗਾ ਉਹਦੇ ਟੈਕਸ ਲੱਗੇਗਾ ਹੁਣ ਉਹਨਾਂ ਨੇ ਕੀ ਕੀਤਾ ਕਿ ਨਹੀਂ ਅਸੀਂ ਕੀ ਕਰਨ ਲੱਗਿਆ ਇਹਦੀ ਸਲੈਬ ਹੀ ਖਤਮ ਕਰ ਦੋ ਜਿਹੜੀ ਪ੍ਰਾਪਰਟੀ 50 ਲੱਖ ਦੀ ਖਰੀਦ ਕੇ ਤੁਸੀਂ ਅੱਜ 1.5 ਕਰੋੜ ਦੀ ਬੇਚ ਰਹੇ ਹੋ ਟੈਕਸ ਤੁਹਾਡਾ 1 ਕਰੋੜ ਤੇ ਲੱਗੇਗਾ ਕਿਉਂਕਿ ਐਸੇ ਜੈਮ ਕੀਤਾ ਬਿਲਕੁਲ ਸੋ ਵਾਟ ਇਜ਼ ਦਿਸ ਤੁਸੀਂ ਇਹ ਗੱਲ ਕਰ ਰਹੇ ਹੋ ਰਾਈਟ ਹੈਂਡ ਤੋਂ ਪਾਕਟ ਚ ਪਾ ਦਿਓ ਲੈਫਟ ਹੈਂਡ ਚ ਕੱਢ ਲਓ ਠੀਕ ਹੈ ਹੁਣ ਉਹ ਕਹਿੰਦੇ 20% ਦਿਜੇਗਾ ਤੇ ਅਸੀਂ 12.5 ਕਰ ਦਿੱਤਾ ਇਟ ਹੈਜ਼ ਨੋ ਮੀਨਿੰਗ ਤੁਸੀਂ ਉਹਦੀ ਸਲੇਬੈਟੀ ਵੱਡੀ ਵਧਾ ਦਿੱਤੀ ਐ ਉਹ ਕਿੱਥੇ ਜਾਏਗੀ ਫਿਰ ਸੋ ਇਹ ਜਿਹੜਾ ਬਜਟ ਹੈ ਆਈ ਫੀਲ ਇਹ ਆਈਵਾਸ਼ ਜ਼ਿਆਦਾ ਆ ਫਿਰ ਅਸੀਂ ਗੱਲ ਕਰ ਲੈਨੇ ਕਿ ਪੰਜਾਬ ਦੀ ਚਲੋ ਅਸੀਂ ਵੇਟ ਕਰਦੇ ਰਹੇ ਪੂਰੇ 1.5 ਘੰਟੇ ਦੇ ਅੰਦਰ ਕਿ ਸ਼ਾਇਦ ਸਾਡੇ ਪੰਜਾਬ ਦਾ ਵੀ ਨੋ ਆਏਗਾ ਕਿਤੇ ਕਿਤੇ ਨਹੀਂ ਆਇਆ ਠੀਕ ਹੈ ਉਹਨਾਂ ਨੇ ਸਿਰਫ ਆਪਣੀ ਜਿਹੜੀ ਐਲਾਈਅੰਸ ਪਾਰਟੀਆਂ ਨੇ ਦੋ ਦੀਆਂ ਉਹਨਾਂ ਨੂੰ ਦੇ ਦਿੱਤਾ ਉਹਨਾਂ ਨੂੰ ਖੁਸ਼ ਕਰ ਲਿੱਤਾ ਸੋ ਇਟ ਇਜ਼ ਅ ਸਰਕਾਰ ਬਜਟ ਨਾ ਕਿ ਇਸੇ ਪ੍ਰੋਗਰੈਸਿਵ ਬਜਟ ਹੈਗਾ 2047 ਦੀ ਗੱਲ ਕੀਤੀ ਜਾ ਰਹੀ ਹੈ ਕਿ ਅਗੇਨ ਫਿਊਚਰ ਜਿਹੜਾ ਹੈਗਾ ਇਹ ਬਜਟ ਕੀਤਾ ਗਿਆ ਹੈ ਅੱਗੇ ਆਉਣ ਵਾਲੇ ਸਮੇਂ ਚ ਕਾਫੀ ਜਿਹੜਾ ਹੈਗਾ ਇਹਨੂੰ ਅ ਫਿਊਚਰ ਡਵੈਲਪਮੈਂਟ ਨੂੰ ਲੈ ਕੇ ਜਿਹੜਾ ਹੈਗਾ ਪਹਿਲਾਂ ਪ੍ਰੈਜ਼ੈਂਟ ਦਿਖਾਓ ਅ ਜੋ ਪ੍ਰੋਮਿਸਸ ਪਹਿਲਾਂ ਕੀਤੇ ਸੀ ਉਹ ਦਿਖਾਓ ਕਿੱਥੇ ਹੈ ਡਵੈਲਪਮੈਂਟ ਥੈਨ ਵੀਲ ਟਾਕ ਅਬਾਊਟ ਦਾ ਫਿਊਚਰ ਤੇ ਕਈ ਚੀਜ਼ਾਂ ਨੇ ਔਰ ਕਈ ਮੁੱਦੇ ਨੇ ਹਾਲਾਂਕਿ ਨੋ ਪੁਆਇੰਟਸ ਰੱਖੇ ਗਏ ਇਸੀ ਕੱਲ ਬਜਟ ਦੇ ਵਿੱਚ ਜਿਹਦੇ ਵਿੱਚ ਇਮਪਲੋਇਮੈਂਟ ਦੀ ਅਸੀਂ ਗੱਲ ਕਰ ਲਈ ਐਮ ਐਸ ਐਮ ای ਦੀ ਗੱਲ ਕਰ ਲਈ ਹੈਲਥ ਦੀ ਐਜੂਕੇਸ਼ਨ ਦੀ ਪਾਵਨ ਪਾਰ ਅਜਿਹੜਾ ਹੈਗਾ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਸੰਸਦ ਦੇ ਬਾਹਰ ਵੀ ਕਾਂਗਰਸ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਲੇਕਿਨ ਵਕ ਵਕ ਜਿਹੜੀ ਪ੍ਰਤੀਕਿਰਿਆਏ ਉਹ ਜਰੂਰ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਵਾਸਤੇ ਸਟੂਡੈਂਟਸ ਵਾਸਤੇ ਜਿਹੜੇ ਐਮ ਐਸ ਸੀ ਮੀ ਦੇ ਛੋਟੇ ਵਪਾਰੀ ਨੇ ਵੱਡੇ ਵਪਾਰੀ ਨੇ ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਕੀਤੀ ਗਈ ਲੇਕਿਨ ਨਾਰਾਜ਼ਗੀ ਜਰੂਰ ਦੇਖਣ ਨੂੰ ਮਿਲ ਰਹੀ ਹੈ ਮਹਾਲੀ ਤੋਂ ਕੈਮਰਾਮੈਨ ਅਜੀਤ ਕੁਮਾਰ ਨਾਲ ਮਨੋਜ ਰਾਠੀ ਨਿਊਜ਼ੀ ਟੀਮ ਪੰਜਾਬ